ਸਸ਼ਕਾ ਤੇ ਜੀ ਆਇਆਂ ਨੂੰ ਵੈਲਕਮ ਟੂ ਆਰ ਟਾਈਮ ਅੱਜ ਤੁਹਾਡੇ ਵਾਸਤੇ ਅਸੀਂ ਇੱਕ ਖਾਸ ਸੈਗਮੈਂਟ ਲੈ ਕੇ ਆਏ ਆ ਸਾਡੇ ਨਾਲ ਸੀਆਈਬੀਸੀ ਜੋ ਕਿ ਨਗਰ ਕੀਰਤਨ ਵਸਾਖੀ ਪ੍ਰੇਡ ਕਾਲਸ ਅਡੇ ਪ੍ਰੇਡ ਵੈਂਕੂਵਰ ਇਸ ਸੀਰੀਜ਼ ਦੇ ਵਿੱਚ ਪਿਛਲੀ ਵੀਕ ਤੁਸੀਂ ਵੈਂਕੂਵਰ ਵਿੱਚ ਕਿੱਥੇ ਜੇ ਹੋ ਕਿ ਇਸ ਸੀਰੀਜ਼ ਦੇ ਵਿੱਚ ਹੌਂਜਾੜੇ ਆ ਕੱਲੂ ਸਾਡੇ ਨੈਸ਼ਨਲ ਪ੍ਰੈਜ਼ੈਂਟਿੰਗ ਸਪਾਂਸਰਜ਼ ਆ ਤੇ ਆਓ ਉਹਨਾਂ ਨਾਲ ਅੱਜ ਮੁਲਾਕਾਤ ਕਰਾਈਏ ਸਸ਼ਕਾ ਕੈਂਪ ਤੇ ਜੀ ਆਇਆਂ ਨੂੰ ਸਸ਼ਕਾ ਸੁਖੀ and uh, thank you for coming down to see toronto toaya Sarday share for the nagar kirtan how are you liking Surrey? yes sorry sorry that's a ball <laughs> good good great um kam to sisanu thoda ja cibc wale das sakde banking bare and how long you guys have been operating uh -huh. for uh, cibc had the canadian imperial bank of commerce <laughs> um jini umar canada di hai gi nearly sadi vi same nice uh, 1867 the vich uh, cibc shuru hoi si gi acha um mole saasi ਕੋਇਨਾ ਦੇ ਇਸ ਤਰ੍ਹਾਂ ਦਾ ਸਾਰਾ ਬਰਥਡੇ ਹੋਣਾ ਹੈ। ਵਾਹ ਮੋਲਿਸਾਲ। ਤਾਂ ਵੀ ਸਾਡੇ ਕੋਲ 1100 ਤੋਂ ਜ਼ਿਆਦਾ ਬ੍ਰਾਂਚੇਸ ਹੈਗੇ ਆ। ਸਾਰੇ ਪਾਸੇ ਕੈਨੇਡਾ ਜਿੱਦਾਂ ਵੈਂਕੂਵਰ ਤੋਂ ਲੈ ਕੇ ਪ੍ਰਿੰਸ ਐਡਵਰਡ ਆਇਲੈਂਡ ਸਾਰੇ ਸਾਰੇ ਅਸੀਂ ਕਵਰ ਕਰਦੇ ਆ। ਰਾਈਟ ਸੋ ਕਾਫੀ ਲਾਰਜ ਥਰਟੀ ਸਕੋਪ। ਯੇ ਸਾਡੀ ਸਕੋਪ ਕਾਫੀ ਲਾਰਜ ਹੈਗੀ ਆ। ਸਾਡਾ ਫੋਕਸ ਹੈਗਾ ਜਿੱਦਾਂ ਡੋਮੈਸਟਿਕ ਮਾਰਕੀਟ ਦੇ ਵਿੱਚ ਜਿਹੜੇ ਆਪਣੀ ਕੈਨੇਡੀਅਨ ਕਮਿਊਨਿਟੀਜ਼ ਦਾ ਅਸੀਂ ਉਹਨਾਂ ਦੇ ਉਹਨਾਂ ਦਾ ਫੋਕਸ ਹੈਗਾ। ਠੀਕ ਆ ਤੇ ਆ ਤੁਹਾਡੀ ਪੋਜੀਸ਼ਨ ਕੀ ਐ ਇਸ ਕੰਪਨੀ ਦੇ ਨਾਲ ਮੇਰਾ ਮੇਰਾ ਪੋਜੀਸ਼ਨ ਆ ਕਾ ਐਗਜ਼ੀਕਟਿਵ ਡਾਇਰੈਕਟਰ ਮੈਂ ਕੰਮ ਕਰਦਾ ਗਲੋਬਲ ਮਾਰਕੀਟਸ ਦੇ ਬਚਰ ਉਥੇ ਜਿੱਦਾ ਫੋਰਨਿਕਸ ਚੇਂਜ ਦੇ ਪ੍ਰੈਸ਼ੀਅਸ ਮੈਟਲਸ ਡਿਪਾਰਟਮੈਂਟ ਮੈਂ ਨਾਚਲੋਦਾ ਗ੍ਰੇਟ ਅਮ ਤੁਸੀਂ ਐਕਚੁਅਲੀ ਅਮ ਜਨਰਲ ਪੰਜਾਬੀ ਦੇ ਨਾਲ ਮਦਦ ਕਰਨ ਜਾ ਰਹੇ ਆ ਨੈਸ਼ਨਲ ਫਰੇਮ ਦੇ ਵਿੱਚ ਤੇ ਆਮ ਕੀ ਤੁਹਾਡਾ ਜਿਹੜਾ ਆਬਜੈਕਟਿਵ ਹੈ ਤੁਸੀਂ ਕਹਤੇ ਇਹੋ ਜਿਹੀ ਕਮਿਊਨਿਟੀ ਇਵੈਂਟਸ ਖਾਸ ਕਰਕੇ ਵਿਸਾਖੀ ਦੇ ਨਾਲ ਇਨਵੋਲਵ ਹੋਇਆ ਯਾ ਸੋ ਅਸੀਂ ਜਿੱਦਾਂ ਜਦੋਂ ਮੈਂ ਕਿਹਾ ਕਿ ਜਿੱਦਾ ਕੈਨੇਡਾ ਇਵੋਲਵ ਹੋਇਆ ਜਿੱਦਾ ਡਿਫਰੈਂਟ ਕਮਿਊਨਿਟੀਆਂ ਆਈਆਂ ਹੈਗੀਆਂ ਕੈਨੇਡਾ ਦੇ ਵਿੱਚ ਡਿਫਰੈਂਟ ਅਸੀਂ ਡਾਈਵਰਸਿਟੀ ਬੋਥ ਜਿੱਦਾ ਲਾਈਕ ਕਰਦੇ ਆ ਮਲਟੀ ਕਲਚਰਲਿਜ਼ਮ ਵੀ ਬੋਥ లై ਕਰਦੇ ਆ ਤਾਂ ਵੀ ਇਹ ਹਿਸਾਬ ਨਾਲ ਜਿੱਦਾਂ ਕੈਨੇਡਾ ਗਰੋ ਹੋਇਆ ਉਦਾਂ ਹੀ ਅਸੀਂ ਸਾਡੇ ਜਿਹੜੇ EMPLOYEES ਹੈਗੇ ਕਸਟਮਰਸ ਹੈਗੇ ਉਹ ਸਾਰੇ ਪਾਸਿਓਂ ਆਏ ਹੋਏ ਹੈਗੇ ਆ ਕਈ ਹੋਰ ਕੰਟਰੀਜ਼ ਤੋਂ ਵੀ ਆਏ ਹੋਏ ਹੈਗੇ ਆ ਜਿਹੜਾ ਜੀਸੀਕ ਪੰਜਾਬੀ ਕਮਿਊਨਿਟੀ ਹੈ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈਗੀ ਹੈ ਤਾਂ ਅਸੀਂ ਜਿੱਦਾਂ ਦੇਖਿਆ ਕਿ ਵਿਸਾਖੀ ਆ ਆਪ ਬ੍ਰੇਡਸ ਹੈਗੇ ਤਾਂ ਅਸੀਂ ਬਹੁਤ ਬਹੁਤ ਦਾ ਖਾਸ਼ ਹੈਗੇ ਕਿ ਅਸੀਂ ਨੈਸ਼ਨਲ ਪਾਰਟਨਰ ਬਣ ਗਏ ਆ ਵਿਸਾਖੀ ਬ੍ਰੇਡਸ ਲਈ ਅ ਜਿਹੜਾ ਉਹਨਾਂ ਕਾਲੂ ਸਾੜੀ ਦੇ ਵਿੱਚ ਬਾਕੀ ਜਿਹੜਾ ਮੋਂਟਰੀਓ ਕੈਲਗਰੀ ਨਾਲੇ ਟੋਰਾਂਟੋ ਦੇ ਵਿੱਚ ਵੀ ਰਾਈਟ ਸੋ ਯੂ ਆਰ ਗੋਇੰ ਬੀ ਪਾਰਟ ਆਫ ਆਲ ਆਫ ਦੋਜ਼ ਗ੍ਰੇਸੀ ਸਾੜੀਆਂ ਸਾੜੀਆਂ ਦੀ ਸਪੋਰਟ ਕਰਦੀ ਹੈ ਤੇ ਹੋਰ ਵੀ ਤੁਸੀਂ ਛੋਟੀ ਕਮਿਊਨਿਟੀ ਇਵੈਂਟਸ ਯੂ ਨੋ ਪੰਜਾਬੀ ਅੰਦਰ ਨਾਲ ਸਿੱਖ ਕੰਨ ਨਾਲ ਤੁਸੀਂ ਆਰਗੇਨਾਈਜ਼ ਕੀਤੀਆਂ ਹੋਈਆਂ ਹੋਰ ਵੀ ਕਮਿਊਨਿਟੀਜ਼ ਅਲੱਗ ਅਲੱਗ ਉਹਨਾਂ ਦੇ ਨਾਲ ਵੀ ਯੈਸ ਸਾੜੀਆਂ ਅਸੀਂ ਟਰਾਈ ਕਰਦੇ ਕਿ ਅਸੀਂ ਹੈ ਕਿ ਕਮਿਊਨਿਟੀ ਬੈਂਕ ਸਾਡੀ ਹਿਸਟਰੀ ਵੀ ਸੀਗੀ ਓਲਵੇਜ਼ ਕਮਿਊਨਿਟੀ ਬੈਂਕ ਤਾਂ ਵੀ ਏ ਜਿੱਦਾਂ ਆ ਚੀਜ਼ਾਂ ਹੈਗੀਆਂ ਸਾਡੇ ਬਹੁਤ ਰੈਜ਼ੋਨੇਟ ਕਰਦੀਆਂ ਸਾਡੇ ਕਸਟਮਰਸ ਨਾਲ ਵੀ ਹੈਗੀਆਂ ਤਾਂ ਫਿਰ ਅਸੀਂ ਚਾਹਦੇ ਕਿ ਜਿੱਦਾਂ ਸਾਡੇ ਕਸਟਮਰ ਅਸੀਂ ਉਹਨਾਂ ਨੂੰ ਮੋਰ ਕੇ ਸਪੋਰਟ ਵੀ ਦਈ ਹੈ ਗ੍ਰੇਟ ਗ੍ਰੇਟ ਅਮ ਅਪਾ ਗੱਲ ਕਰਦੇ ਸੀ ਅਗੇ ਅਮ CIBC ਨੇ ਆਤ ਕੀ ਬਹੁਤ ਵੱਡਾ ਪ੍ਰਾਲਾ ਕੀਤਾ ਐਂਡ ਐਕਚੁਅਲੀ ਅਮ ਇਟਸ ਅ ਬਿਊਟੀਫੁਲ ਵਨ ਐਸ ਵੀ ਕੈਨ ਸੀ ਅਜਿਹੇ ਕੋਇਨਸ ਯਾ ਇਹਨਾਂ ਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਯੇ ਅਸੀਂ ਅਸੀਂ ਬਹੁਤ ਖੁਸ਼ ਹੈਗੇ ਅਸੀਂ ਬਹੁਤ ਐਕਸਾਈਟਿਡ ਹੈਗੇ ਕਿ ਅਸੀਂ ਆ ਪਹਿਲੀ ਬੜੀ ਅ ਅਸੀਂ ਯਰ ਗੋਇੰ ਬਣਾਏ ਹੈਗੇ ਅਸੀਂ ਸਪੈਸ਼ਲ ਬਣਾਏ ਹੈਗੇ ਵਿਸਾਖੀ ਲਈ ਕਿ ਜਿਹੜੀ ਆਪਣੀ ਸਿੱਖ ਕਮਿਊਨਿਟੀ ਨੂੰ ਸਪੋਰਟ ਕਰਨਾ ਹੈ ਕਿ ਇੰਨੀ ਜਿਹੜੀ ਸੈਲੀਬ੍ਰੇਸ਼ਨ ਜਦੋਂ ਕਰਦੇ ਹੁੰਦੇ ਆ ਕਿ ਆ ਜਿਹੜਾ ਵਿਸਾਖੀ ਦਿਨ ਸਾਰੀ ਕਮਿਊਨਿਟੀ ਦੇ ਵਿੱਚ ਇਹ ਸਾਡਾ ਸਭ ਤੋਂ ਬੈਸਟ ਡੇ ਹੁੰਦਾ ਹੈਗਾ ਤਵੇ ਅਸੀਂ ਇਸ ਚੀਜ਼ ਲਈ ਰੈਕਗਨੀਸ਼ਨ ਲਈ ਅਸੀਂ ਯਰ ਗੋਇੰ ਬਣਾਈ ਹੈਗੇ ਹੈ ਹੈਗੇ ਸਿਲਵਰ 99.99% ਪਿਓਰ ਹੈਗੇ ਇੱਕ ਪਾਸੇ ਹੈਗਾ ਖੰਡਾ ਦੂਜੇ ਪਾਸੇ ਹੈਗਾ ੴ It's really nice. So yeah, it is passe the Ikumkar and it's the passe kanda. So it's ninety nine point nine percent silver. Yeah. Wow. Coffee pure haga. ਨਾਲੇ ਇਹ ਜਿੱਦਾਂ ਅਸੀਂ ਅਸੀਂ ਲਿਮਿਟਿਡ ਐਡੀਸ਼ਨ ਬਣਾਏ ਸੀਗੇ ਸਿਰਫ ਵਸਾਖੀ ਲਈ ਸਪੋਰਟ ਕਰਨ ਲਈ ਕਮਿਊਨਿਟੀ ਗ੍ਰੇਟ ਇਟਸ ਬਿਊਟੀਫੁਲ ਸੋ ਇਹ ਬਹੁਤ ਹੀ ਅ ਗਿਫਟ ਵੀ ਕਿਸ ਨੂੰ ਜੇ ਆਪਾਂ ਯੂਨਿਵਸਾਖੀ ਦੀ ਨਿਸ਼ਾਨੀ ਆ ਗਿਫਟ ਕਰਨ ਵਾਸਤੇ ਵੀ ਮਦਰਸ ਡੇ ਇਸ ਕਮਿੰਗ ਅਪ ਫਾਦਰਸ ਡੇ ਇਸ ਕਮਿੰਗ ਅਪ ਐਨੀਥਿੰਗ ਰਾਈਟ ਥੈਟਸ ਗ੍ਰੇਟ ਸੋ ਇਹ ਪਹਿਲੀ ਵਾਰੀ ਸੀ ਆਈਬੀਸੀ ਨੇ ਇਹੋ ਜਿਹਾ ਪ੍ਰੋਡਕਟ ਆ ਚੁੱਕਿਆ ਹੈ ਕਿ ਸਮਥਿੰਗ ਟੂ ਕਮੇਮੋਰੇਟ ਵਸਾਖੀ ਯਾ ਯਾ ਬੈਲੀ ਬਡੀ ਅਸੀਂ ਹੁਣ ਸਤਾ ਸ਼ੁਰੂ ਹੈਗਾ ਅਸੀਂ ਕਹਿੰਦੇ ਨਾਲ ਦੀ ਨਾਲ ਜਿੱਦਾਂ ਜੀ ਹੋਰ ਆਪਣਾ ਜਿੱਦਾਂ ਸਪੋਰਟ ਵੀ ਸ਼ੋ ਕਰਨਾ ਬੋ ਪਾਰਟਨਰ ਹੈਗੇ ਆ ਬਸ ਸਪ੍ਰੈਡਸ ਨੈਸ਼ਨਲ ਨੈਸ਼ਨਲ ਪਾਰਟਨਰ ਹੈਗੇ ਆ ਤਾਂ ਵੀ ਇਦਨੀਆਂ ਚੀਜ਼ਾਂ ਨਾਲ ਜਿੰਨਾ ਅਸੀਂ ਕਮਿਊਨਿਟੀ ਦੀ ਸਪੋਰਟ ਕਰ ਸਕਦੇ ਆ ਕਿਉਂਕਿ ਸਾਡੇ ਕਸਟਮਰ ਸਾਡੇ EMPLOYEES ਸਾਰੇ ਕਮਿਊਨਿਟੀ ਤੋਂ ਹੈਗੇ ਆ ਤਾਂ ਵੀ ਅਸੀਂ ਵਿਚ ਉਹਦੇ ਕਿਸੀ ਵੀ ਸਪੋਰਟ ਕਰੀਏ ਗ੍ਰੇਟ ਸੋ ਇਹ ਕਿੱਥੇ ਕੋਈ ਵੇਅ ਕੈਨੀ ਵੀ ਬਾਈ ਦਿਸ ਕਿੱਥੋਂ ਹੈ ਮਲੂਗੀ ਅੱਜ ਅਜਿਹੇ ਕੋਇਨ ਹੈ ਕਿ ਅਸੀਂ ਅੱਜ ਸਾਰੀ ਗੋਦਵਾਰੇ ਹੋਣਾ ਹਾਂ ਹਾਂ ਉੱਥੇ ਤੁਸੀਂ ਪਿਕਅਪ ਕਰ ਸਕਦੇ ਹਾਂ ਹਾਂਜੀ ਸੋ ਅੱਜ ਖਾਸ ਪ੍ਰੋਗਰਾਮਸ ਦਿਸ ਮੀਸ਼ਰ ਤਰਬਾਰ ਜੋ ਕਿ ਗੋਦਵਾਰਾ 128 ਐਂਡ 85 ਐਵਨਿਊ ਤੇ ਸੋ ਉੱਥੇ ਤੁਸੀਂ ਸਾਡੀ ਚੈਨਲ ਪੰਜਾਬੀ ਦੇ ਟੈਂਟ ਦੇ ਨਾਲ ਹੋਵਗੇ ਰਾਈਟ ਸੋ ਕਮ ਲੁੱਕ ਫॉर ਸੀਆਈਬੀਸੀ ਸੋ ਉੱਥੇ ਵੀ ਇਹ ਕੋਇਨ ਮਿਲ ਸਕਦੇ ਹਾਂਜੀ ਉੱਥੇ ਉੱਥੇ 5999 ਉੱਥੇ ਮਿਲ ਸਕਦੇ ਆ ਜਾਂ ਕੱਲ ਨੂੰ ਪ੍ਰੇਰ ਦੇ ਵਿੱਚ ਵੀ ਦੋ ਲੋਕੇਸ਼ਨ ਹੋਣੇ ਆ ਉੱਥੇ ਵੀ ਮਿਲ ਸਕਦੇ ਆ ਜਾਂ ਤੁਸੀਂ ਜਿਹੜੀ ਮਰਜੀ ਬੈਂਕ ਦੇ ਵਿੱਚ ਜਾ ਸਕਦੇ ਸਾਰੀ ਦੇ ਵਿਚ ਜਿੱਥੇ ਮਰਜੀ ਕਹਿੰਦੇ ਦੇ ਵਿਚ 1100 ਬ੍ਰਾਂਚੇਸ ਹੈਗੇ ਉੱਤੇ ਤੁਸੀਂ ਆਰਡਰ ਕਰ ਸਕਦੇ ਕਈ ਬ੍ਰਾਂਚ ਕੋਲ ਉੱਥੇ ਹੀ ਹੈਗੇ ਕਈ ਨਹੀਂ ਤੁਹਾਡੇ ਆਰਡਰ ਕਰਕੇ ਤੁਹਾਨੂੰ ਦੇ ਸਕਦੇ ਸੋ ਦੀ ਪ੍ਰਾਈਸ ਅਗੇਨ 700 ਡਾਲਰ ਆਉਂਦੀ ਹੈ ਯਾ ওকে ਗ੍ਰੇਟ ਗ੍ਰੇਟ ਸੋ ਆਮ ਇਹ ਹੋਏ ਹੋਰ ਪ੍ਰੋਜੈਕਟਸ ਵੀ CIBIC ਲੱਕਿਆ ਰਹੀ ਹੈ ਇਹ ਅਸੀਂ ਅਸੀਂ ਕਈ ਜਿੱਦਾਂ ਪ੍ਰੋਜੈਕਟ ਕਰਦੇ ਹੈਗੇ ਤੇ ਸਾਨੂੰ ਪਤਾ ਹੈਗਾ ਕਿ ਜਿਹੜੇ ਖਾਸ ਕਰਕੇ ਜਿਹੜੇ ਪੰਜਾਬੀ ਕਮਿਊਨਿਟੀ ਜਾਂ ਚਾਈਨੀਸ ਕਮਿਊਨਿਟੀ ਜਾਂ ਫਿਲਮ ਕਮਿਊਨਿਟੀ ਕਾਫੀ ਬੰਦੇ ਜਿੱਦਾਂ ਬਾਹਰੋਂ ਆਉਦੇ ਇੱਥੇ ਇੰਨਾ ਇੱਥੇ ਕਈ ਕੰਮ ਕਰਨ ਦੇ ਕਈ ਸਟੱਡੀ ਕਰਨ ਲਈ ਕਈ ਚੀਜ਼ਾਂ ਲਈ ਹੋ ਰਿਹਾ ਹੈਗੇ ਜਦੋਂ ਇੱਥੇ ਆਪਣੇ ਕਮਿਊਨਿਟੀ ਬਾਰੇ ਆਦੇ ਹੁੰਦੇ ਆ ਉਹਨਾਂ ਨੂੰ ਕਈ ਚੀਜ਼ਾਂ ਦੀ ਕਿ ਸਾਡੇ ਜਿਹੜੇ ਲਬਦਵਾਨਸ ਹਾਲੀ ਇੰਡੀਆ ਦੇ ਵਿੱਚ ਫਰਚਕਲ ਹੈਗੇ ਪੰਜਾਬ ਦੇ ਬੈਠੇ ਤੁਹਾਡੀ ਮਦਰ ਫਾਦਰ ਜਾਨਿਆਨੇ ਜਿਹਾ ਹਾਂਜੀ ਕਾਫੀ ਫੈਮਿਲੀ ਪਿੱਛੇ ਹੁੰਦੀ ਹੈ ਪਿੱਛੇ ਹੁੰਦੀ ਹੈ ਤਵੇ ਇਹਦੇ ਮਾਰੇ ਅਸੀਂ ਸੋਚਿਆ ਕਿ ਜਿਹੜੇ ਪੈਸੇ ਕੱਲਦੇ ਹੁੰਦੇ ਆ ਕਿ ਕਈਆਂ ਨੂੰ ਕਈ ਜਿਹਦਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਾ ਮਨੀ ਸਰਵਿਸ ਪ੍ਰੋਵਾਈਡਰਸ ਉਹ ਫੀ ਬਹੁਤ ਚਾਰਜ ਕਰਦੇ ਆ ਬਿਲਕੁਲ ਯਸ ਯਸ ਤਾਂ ਵੀ ਜਿਹੜਾ ਸੀਆਈਬੀਸੀ ਨੇ ਨਵਾਂ ਪ੍ਰੋਡਕਟ ਕੱਢਿਆ ਗਲੋਬਲ ਮਨੀ ਟ੍ਰਾਂਸਫਰ ਹੈਗਾ ਪਹਿਲਾ ਇਹ ਹੈਗਾ ਕਿ ਕੋਈ ਫੀ ਨਹੀਂ ਹੈਗੀ ਓਕੇ ਯੈਸ ਜ਼ੀਰੋ ਫੀ ਥੈਟਸ ਰੀਲੀ ਗੁੱਡ ਵਾਓ ਇਹ ਇਹਨਾਂ ਇਹ ਹੈਗਾ ਕਿ ਜੇ ਜਿੰਨੇ ਤੁਸੀਂ ਪੈਸੇ ਜਿੱਦਾਂ ਤੁਸੀਂ ਜਾਂ ਤੁਸੀਂ ਆਪੇ ਹੀ ਆਨਲਾਈਨ ਬੈਂਕਿੰਗ ਜੇ ਤੁਸੀਂ ਸਿ ਆਈ ਬੀ ਸੀ ਕਸਟਮਰ ਹੈਗੇ ਹੋ ਤਾਂ ਤੁਸੀਂ ਆਨਲਾਈਨ ਬੈਂਕਿੰਗ ਜਾਓ ਆਪਣੇ ਅਕਾਊਂਟ ਦੇ ਵਿੱਚ ਉੱਥੇ ਗਲੋਬਲ ਮਨੀ ਟ੍ਰਾਂਸਫਰ ਹੈਗਾ ਕਲਿੱਕ ਕਰੋ ਨਾਲ ਹੀ ਤੁਸੀਂ ਆਪਾਂ ਦੇਖ ਸਕਦੇ ਆਪਨਾ ਜਿੰਨੂੰ ਤੁਸੀਂ ਪੈਸੇ ਭਲਨੇ ਚ ਉਹਨਾਂ ਦਾ ਬੈਂਕ ਅਕਾਊਂਟ ਇਨਫੋਰਮੇਸ਼ਨ ਭਰ ਦੋ ਤੁਸੀਂ ਦੇਖੋ ਕਿੰਨੇ ਕੈਨੇਡੀਅਨ ਡੋਲਰ ਭਰ ਲੈਣੇ ਆ ਤੁਹਾਨੂੰ ਉਦੋਂ ਹੀ ਰੇਟ ਮਿਲ ਜਣਾ ਤੁਹਾਡੀ ਰੇਟ ਵੀ ਬਹੁਤ ਸੋਹਣਾ ਰੇਟ ਮਿਲ ਜਣਾ ਨਾਲੇ ਤੁਸੀਂ ਤੁਹਾਨੂੰ ਪਤਾ ਲੱਗ ਜਣਾ ਕਿੰਨਾ ਆਈ ਐਨ ਆਰ ਕੱਲਣਾ ਹੈਗਾ ਜਿੰਨਾ ਆਇਨਾ ਲਿਖਿਆ ਹੈਗਾ ਸਕਰੀਨ ਦੇ ਐਗਜ਼ੈਕਟਲੀ ਉਹਨੇ ਬੈਂਕ ਬੈਂਕ ਅਕਾਊਂਟ ਪਹੁੰਚਨੇ ਆ ਇੰਡੀਆ ਦੇ ਵਿੱਚ ਨਾਲੇ ਜਿਹੜੇ ਸਾਡਾ ਸਿਸਟਮ ਹੈਗਾ ਇੱਕ ਜਾਂ ਦੋ ਦਿਨਾਂ ਦੇ ਵਿੱਚ deposited ਹੈ ਗਿਆ ਸੋ ਬਹੁਤ ਸੌਖਾ ਤਰੀਕਾ ਆ ਅਮ ਸੋ ਜੇ ਤੁਸੀਂ ਆਨਲਾਈਨ ਕਰਨਾ ਆ ਜਾਂ ਤੁਸੀਂ ਬੈਂਕ ਰਾਹੀਂ ਵੀ ਕਰ ਸਕਦੇ ਆ ਹਾਂਜੀ ਜਾਂ ਤੁਸੀਂ ਕੋਈ ਬ੍ਰਾਂਚ ਤੁਸੀਂ ਬ੍ਰਾਂਚ ਦੇ ਵਿੱਚ ਜੇ ਤੁਸੀਂ ਫੈਮਿਲੀ ਨਹੀਂ ਹੈਗੇ ਜਿੱਦਾਂ ਕੰਪਿਊਟਰ ਨਾਲ ਹਾਂਜੀ ਤੁਸੀਂ ਬੈਂਕ 'ਚ ਜਾਓ ਤੁਸੀਂ ਜਿਹੜੇ ਸਰੀ ਦੇ ਵਿੱਚ ਜਿਹੜੀ ਮਰਜੀ ਬੈਂਕ 'ਚ ਜਾਓ ਸੀਆਈਬੀਸੀ ਦੀ ਬ੍ਰਾਂਚ ਦੇ ਵਿੱਚ ਜਾਓ ਉੱਥੇ ਉਹਨਾਂ ਨੂੰ ਪਤਾ ਹੈਗਾ ਉਹਨੀ ਤੁਹਾਡੀ ਹੈਲਪ ਕਰ ਦੇਣੀ ਉਹਨੀ ਤੁਹਾਡੇ ਪੈਸੇ ਕਵਲ ਦੇਣ ਆਈ ਥਿੰਕ ਆਮ ਇਟ ਬੋਥ ਇੰਪੋਰਟੈਂਟ ਗੱਲ ਹੈ ਕਿਉਂਕਿ ਜਦੋਂ ਤੁਸੀਂ ਕਹਿੰਦੇ ਸੀ ਕਿ ਵੀ ਆਪਣੇ ਪਿੱਛੇ ਫੈਮਿਲੀ ਬਹੁਤ ਹੁੰਦੀ ਆ ਸੋ ਪੈਸੇ ਭੇਜਣ ਦੀ ਲੋੜ ਪੈਂਦੀ ਆ ਜਾਂ ਕਿਵਾਰੀ ਇੱਥੋਂ ਆਪਾਂ ਹੌ ਤੇ ਕੈਸ਼ ਆਪਾਂ ਇਨ ਕੋਲ ਆਪਣੇ ਲੈ ਕੇ ਨਹੀਂ ਜਾ ਸਕਦੇ ਸੀ ਯੂ ਵਾਂਟ ਯੂਰ ਮਨੀ देयर ਬਿਫੋਰ ਯੂ ਗੈਟ देयर ਸੋ ਆਮ ਇਦਰ ਵਿੱਚ ਆਈ ਗੈਸ ਸਿਕਿਉਰਿਟੀ ਵੀ ਬਾਥ ਥੇਰ ਬਿਕਾਜ਼ ਆਈ ਨੋ ਵੀਵ ਹੈਡ ਯੂ ਨੋ ਇਸ਼ੂਜ਼ ਇਨ ਦਾ ਪਾਸਟ ਕੇ ਵੜੀ ਪਾਸੇ ਪੌਂਚਦੇ ਨਹੀਂ ਜਾਂਗੇ ਨਹੀਂ ਕਿਸੇ ਨੂੰ ਮਿਲਦੇ ਸੋ ਇਹਦੇ ਵਿੱਚ ਸਿਕਿਉਰਿਟੀ ਵੀ ਕਾਫੀ ਆ ਯਾ ਸਿਕਿਉਰਿਟੀ ਕਾਫੀ ਆ ਜਦੋਂ ਮੈਂ ਕਿਹਾ ਸੀ ਸਾਡੇ ਬੈਂਕ ਨੇ ਲਈ ਮੋਲੇ ਸਾਲ 150 ਸਾਲ ਸੋਲਵ ਹੋ ਜਾਣਾ ਸਾਰੀ ਬੈਂਕ ਸ਼ੁਰੂ ਹੋਈ ਉਹ ਅਸੀਂ ਇਦਾਂ ਨਹੀਂ ਹੈਗੇ ਕਿ ਅਸੀਂ ਹੁਣੀ ਸ਼ੁਰੂ ਹੋਇਆ 150 ਸਾਲ ਨੇੜੇ ਹੋ ਗਿਆ ਸਾਡਾ ਹੈਗਾ ਕਿ ਤੁਸੀਂ ਬੈਂਕ ਨਾਲ ਪੈਸੇ ਕੱਲੇ ਆ ਤਾਂ ਵੀ ਸਾਡੀ ਵੀ ਗਾਰੰਟੀ ਹੁੰਦੀ ਹੈ ਕਿ ਤੁਹਾਡੇ ਪੈਸੇ ਉੱਥੇ ਪਹੁੰਚਣਗੇ ਰਾਈਟ ਜੇ ਤੁਹਾਡੇ ਪੈਸੇ ਨਹੀਂ ਪਹੁੰਚੇ ਉਹ ਸਾਡਾ ਅਸੀਂ ਤੁਹਾਡੀ ਹੈਲਪ ਕਰਾਂਗੇ ਅਸੀਂ ਇਦਾਂ ਨਹੀਂ ਆ ਕਿ ਕਿਸੇ ਚਲਣਾ ਅਸੀਂ ਇਨੇ ਲੌਂਗ ਹੈਗੇ ਕੈਨੇਡਾ ਦੇ ਪੈਸੇ ਤਾਂ ਹੈਗਾ ਕਿ ਆਪਣੀ ਕਮਿਊਨਿਟੀ ਨੂੰ ਹੈਗਾ ਇਹ ਵੀ ਸਿਕਿਉਰਿਟੀ ਮਿਲਦੀ ਹੈ ਕਿ CIBC ਉੱਥੇ ਉੱਥੇ ਤੁਸੀਂ ਸਾਡੀ ਬ੍ਰਾਂਚ ਆ ਸਕਦੇ ਤੁਸੀਂ ਟੈਲੀਫੋਨ ਕਰ ਸਕਦੇ ਅਸੀਂ ਤੁਹਾਡੇ ਫੰਡਸ ਮੇਕ ਸ਼ੋਰ ਕਰਨੇ ਕਿ ਅਸਲੀ ਪਹੁੰਚਾਂਦੇ ਆ ਜਿੱਥੇ ਤੁਸੀਂ ਚਾਹਦੇ ਸੀਗੇ ਤੇ ਸੋ ਪਹੁੰਚਣਗੇ ਵੀ ਤੇ ਕੋਈ ਫੀਮ ਫੀਮ ਨਹੀਂ ਲੱਗਣੀ ਜ਼ੀਰੋ ਫੀ ਹੋਣੀ ਆ ਵਾਓ ਤੇ ਤੁਹਾਡੇ ਜਿਹੜੇ ਵਿਆਜ ਰੇਟਸ ਆ ਜਿਹੜੇ ਐਮ ਐਕਸਚੇਂਜ ਰੇਟਸ ਆ ਉਹ ਬਹੁਤ ਕੰਪੇਟਿਟਿਵ ਆ ਯਾ ਐਕਸਚੇਂਜ ਰੇਟਸ ਕੰਪੇਟਿਟਿਵ ਹੈਗੇ ਆ ਜੇ ਤੁਸੀਂ ਜਿਹੜਾ ਕੰਪਿਊਟਰ ਤੇ ਕਰਨਾ ਉਹ ਇੱਕ ਜਿਹਦਾ ਬੇਸਿਕ ਰੇਟ ਹੁੰਦਾ ਜੇ ਤੁਸੀਂ ਬ੍ਰਾਂਚ ਦੇ ਵਿੱਚ ਜਾਓ ਉਹ ਤੁਹਾਡੀ ਹੋਰ ਵੀ ਹੈਲਪ ਕਰ ਸਕਦੇ ਆ ਓਕੇ ਗ੍ਰੇਟ ਸੋ ਐਮ ਪਰ ਇਹਦੇ ਨਾਲ ਏਜ ਡੂ ਰੀ ਆ ਵੀ ਕਾਉਂਟ ਸੀਆਈਬੀਸੀ ਦੇ ਨਾਲ ਹੋਣਾ ਚਾਹੀਦਾ ਹੈ ਹਾਂਜੀ ਅਕਾਉਂਟ ਹੋਣਾ ਚਾਹੀਦਾ ਸੀਆਈਆਰਬੀਸੀ ਨਾਲ ਤਾਂ ਅਸਾਬ ਨਾਲ ਹੀ ਤੁਸੀਂ ਇਹ ਪੈਸੇ ਕਲ ਸੱਤੇ ਹੈਗੇ ਆ ਤੇ ਦਾ ਗਵਰਨਮੈਂਟ ਰੈਗੂਲੇਸ਼ਨ ਹੈਗੇ ਆ ਤਾਂ ਵੀ ਤੁਸੀਂ ਉਹਦਾ ਜਿਹੜਾ ਅਕਾਉਂਟ ਖੋਲਣਾ ਉਹ ਵੀ ਬਹੁਤ ਸੌਖਾ ਹੈਗਾ ਕਿਈ ਤੁਸੀਂ ਈ ਡਿਪੋਜ਼ਿਟ ਅਕਾਉਂਟ ਖੋਲ ਸਕਤੇ ਆ ਉਹ ਜਿਹੜਾ ਸਾਡੇ ਕਾਫੀ ਅਕਾਊਂਟ ਹੁੰਦੇ ਆ ਤਾਂ ਉਹਦਾ ਜਿੱਦੂ ਤੁਸੀਂ ਬ੍ਰਾਂਚ ਦੇ ਵਿੱਚ ਜਾਣਾ ਤੁਸੀਂ ਆਪਣਾ ਅਕਾਊਂਟ ਖੋਲਣ ਦੀ ਦੇਖਣੀ ਹੈਗੀ ਆ ਉਹ ਨਹੀਂ ਤੁਹਾਨੂੰ ਆਪ ਹੀ ਸਾਰਾ ਕੁਝ ਐਕਸਪਲੇਨ ਕਰ ਦਣਾ ਗ੍ਰੇਟ ਸੋ ਅਮ ਤੁਸੀਂ ਕਿੰਨੇ ਵਜੂ ਦਿ ਟੁਰ ਅਰਾਊਂਡ ਰੇਡੀਆ ਅਮ ਜਦੋਂ 8 ਤੋਂ ਆਪੇ ਪਾਸੇ ਪਾ ਦੀ ਆਪਾਂ ट्राਨੈਕਸ਼ਨ ਬੈਂਕ ਚ ਕਰ ਲਈ ਤੇ ਫਿਰ ਇੰਡੀਆ ਪਹੁੰਚਣ ਨੂੰ ਜਾਂ ਜਿਹੜੀ ਵੀ ਡੈਸਟੀਨੇਸ਼ਨ ਕਿੰਨਾ ਟਾਈਮ ਲੱਗਦਾ ਨੋ ਮੀ ਲੱਗਦਾ 24 ਬਿਜ਼ ਹਾ ਅਕੇ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਵਿੱਚ ਜੇ ਡਿਪੈਂਡ ਹੈਗਾ ਜੇ ਜਿੱਦਾਂ ਇੰਡੀਆ ਦੇ ਵਿੱਚ ਹਾਲੀਡੇ ਹੈਗਾ ਫਿਰ ਉਸ ਤੋਂ ਉਹ ਤੋਂ ਜਾ ਇੱਥੇ ਹੈਗਾ ਹਾਲੀਡੇ ਉਦੋਂ ਨਾਲ ਇੱਕ ਦੋ ਦਿਨ ਦਾ ਪਰਕ ਹੋ ਸਕਦਾ ਉਹਦਾ ਨੋਮਲੀ ਇੱਕ ਇੱਕ ਬਿਜ਼ਨਸ ਦੇ ਦੇ ਬੈਚ ਬੈਚ ਪੌਂਚਨੇ ਚਾਹੀਦੇ ਆ ਮੈਕਸਿਮਮ ਦੋ ਬਿਜ਼ਨਸ ਡੇਸ ਵਾਟਸ ਗ੍ਰੇਟ ਆਈ ਥਿੰਕ ਬੋੜ ਚਾਹੀਦੀ ਆਪਣੀ ਕਮਿਊਨਿਟੀ ਕਮਿਊਨਿਟੀ ਨੂੰ ਇਸ ਬਾਰੇ ਫਾਇਦਾ ਲੈਣਾ ਚਾਹੀਦਾ ਬਿਕਾਜ਼ ਜਿਹੜੇ ਬੈਂਕ ਦੇ ਜਿਹੜੇ ਰੇਟਸ ਟਾਰਟ ਹੈ ਨਹੀਂਗੇ ਐਂਡ ਯੂ ਨੋ ਟੂ ਸੈਂਡ ਮਨੀ ਟੂ ਇੰਡੀਆ ਵਿਦ ਨੋ ਫੀਸ ਥੈਟ ਯੂ ਕੈਨਟ ਗੋ ਰੋਂਗ ਆਮ ਆਪਾ ਸ਼ੋਰਟੀ ਜੀ ਬ੍ਰੇਕ ਤੇ ਵਾਪਸ ਆਉਦੇ ਤੇ ਹੋਰ 30 ਸਰਵਿਸਿਸ ਤੇ ਪਾਰਟੈਕਸ ਵਾਰਿਆ ਪਾਗਲ ਕਰਦੇ ਅਸੀਂ ਉਹਦੇ ਛੋਟੀ ਜੀ ਬ੍ਰੇਕ ਤੇ ਵਾਪਸ Hors ba da ਅਰਦਾ ਸਵਾਗਤ ਹੈ ਆਲ ਟਾਈਮ ਪ੍ਰੋਗਰਾਮ ਦੇ ਵਿੱਚ ਤੇ ਅੱਜ ਤੁਹਾਡੇ ਵਾਸਤੇ ਅਗੈਨ ਖਾਸ ਪ੍ਰੋਗਰਾਮ ਲੈ ਕੇ ਆਇਆ ਸਾਡੇ ਨੈਸ਼ਨਲ ਪ੍ਰੈਜ਼েন্টিਿੰਗ ਸਪਾਂਸਰਸ ਸੀਆਈਬੀਸੀ ਜਿੰਨਾ ਦੇ ਨਾਲ ਜਿੰਨ ਦੀ ਮਦਦ ਨਾਲ ਅਸੀਂ ਤੁਹਾਡੇ ਵਾਸਤੇ ਕੱਲ ਨੂੰ ਲਾਈਵ ਕਵਰੇਜ ਕਰਨ ਜਾ ਰਹੇ ਹਾਂ ਸ੍ਰੀ ਨਗਰ ਕੀਰਤਨ ਦੀ ਸਾਡੇ ਨਾਲ ਕੈਮ ਪਹੁੰਚੇ ਹੋਏ ਟੋਰਾਂਟੋ ਤੋਂ ਤੇ ਬ੍ਰੇਕ ਤੋਂ ਪਹਿਲਾਂ ਕੈਮ ਆਪਾ ਗਲੋਬਲ ਮਨੀ ਟ੍ਰਾਂਸਫਰ ਦੀ ਗੱਲ ਕਰਦੇ ਸੀਗੇ ਸੋ ਅਗੈਨ ਕੁਇਕ ਰੀਕੈਪ ਕਿ ਜਿਹਨੇ ਨੇ ਇੰਡੀਆ ਨੂੰ ਪੈਸੇ ਭੇਜਣੇ ਆ ਕੋਈ ਫੀ ਨਹੀਂ ਇੰਡੀਆ ਪੈਸੇ ਭੇਜਣ ਨੂੰ ਸੀਆਈਬੀਸੀ ਬੈਂਕ ਰਹੀ ਸੋ ਬੇਸਿਕਲੀ ਉੱਥੇ ਜਾਣਾ ਬੈਂਕ ਨੂੰ ਜੇ ਅਕਾਊਂਟ ਹੈਗਾ ਠੀਕ ਆ ਤੁਸੀਂ बस ਕਹੋ ਅਸੀਂ ਇਹਨੇ ਪੈਸੇ ਭੇਜਣੇ ਆ ਕੰਪੈਟਿਟਿਵ ਤੁਹਾਨੂੰ ਫੀ ਮਿਲੇਗੀ ਐ ਐਕਸਚੇਂਜ ਰੇਟ ਤੇ ਦੈਟਸ ਇਟ ਕੰਪੈਟਿਟਿਵ ਐਕਸਚੇਂਜ ਰੇਟ ਐਂਡ ਨੋ ਫੀ ਐਂਡ ਇੰਡੀਆ ਦੇ ਵਿੱਚ ਇੱਕ ਬਿਜ਼ਨਸ ਡੇ ਦੇ ਵਿੱਚ ਗਿਵ ਐ ਟੇਕ ਯੂ نو ਐਂਡ ਉੱਥੇ ਪੈਸੇ ਪਹੁੰਚ ਜਾਂਦੇ ਹੈਂ ਜੀ ਸੋ ਕੀ ਬੈਲ ਕਾਲ ਗ੍ਰੇਟ ਸੜਾ ਇਹ ਅਸੀਂ ਨਵਾਂ ਇਹ ਨਵਾਂ ਪ੍ਰੋਡਕਟ ਕੱਟਿਆ ਸਾਨੂੰ 5 ਮਹੀਨੇ ਹੋਏ ਹਾਂਜੀ ਯਾ ਸੋ ਇਟਸ ਕੁਆਇਟ ਨਿਊ 5 ਮਨਸ ਨਵ ਨਵ ਪ੍ਰੋਗਰਾਮ ਆਗਾ ਸਾਡੇ ਅਸੀਂ ਦੇਖਿਆ ਸੀ ਕਿ ਕਮਿਊਨਿਟੀ ਨੂੰ ਕੀ ਚਾਹੀਦਾ ਆ ਤਾਂ ਫੇ ਇਹਦੇ ਨਾਲ ਹੈਗਾ ਪਹਿਲੀ ਚੀਜ਼ ਹੈਗੀ ਜ਼ੀਰੋ ਫੀ ਇਹ ਬਹੁਤ ਇੰਪੋਰਟੈਂਟ ਹੈਗੀ ਸਾਡੀ ਕਮਿਊਨਿਟੀ ਨੂੰ ਦੂਜੀ ਚੀਜ਼ ਹੈਗੀ ਕਿ ਐਕਸਚੇਂਜ ਰੇਟ ਵੀ ਸੋਨੇ ਹੈਗੇ ਆ ਤੀਜੀ ਚੀਜ਼ ਹੈਗੀ ਅਸੀਂ ਬੈਂਕ ਆ ਗਏ ਆ ਕਿ ਸਾਡੀ ਹੈਗੀ ਕਿ ਤੁਸੀਂ ਸਾਡੇ ਨਾਲ ਪੈਸੇ ਕਦਣੇ ਆ ਅਸੀਂ ਮੇਕ ਸ਼ੋਰ ਕਰਨੇ ਤੁਹਾਡੇ ਡਿਪੋਜ਼ਿਟ ਹੋਣੇ ਸਹੀ ਸਹੀ ਬਿਲਕੁਲ ਡਿਜੀਟ ਹੈ ਪਹਿਲੇ ਬਹੁਤ ਛੇਤੀ ਪਹੁੰਚਣ ਦੇ ਇੱਕ ਤੋਂ ਦੋ ਦਿਨਾਂ ਦੇ ਵਿਚ ਵਿਚ ਉਹ ਕਾਊਂਟਰ ਦੇ ਵਿੱਚ ਹੈਗੀ ਆ ਨਾਲੇ ਜਿੰਨਾ ਤੁਸੀਂ ਆਰਨਰ ਕਲਣਾ ਐ ਐਗਜ਼ੈਕਟਲੀ ਉਨਾਂ ਹੀ ਕੰਚਨਾ ओके ਉਹ ਸਰ ਜਿਹੜੇ ਅਕਾਊਂਟ ਉਨਾਈ ਜਮਾਫੇਰ ਹੋਗਾ। ਦੈਟਸ ਗ੍ਰੇਟ ਟੂ ਨੋ। ਅਮ ਟੂ ਸੀ ਫੋਰਨ ਐਕਸਚੇਂਜ ਦਿ ਵਿਚ ਵੀ ਕਾਫੀ ਤੁਹਾਡੀ ਸਪੈਸ਼ਲਟੀ ਆ। ਸੋ ਉਹਦੇ ਬਾਰੇ ਦੱਸੋ ਬਿਕਾਜ਼ ਆਈ ਥਿੰਕ ਅਗੇਨ ਆਪਣੀ ਕਮਿਊਨਿਟੀ ਅਮ ਕਾਫੀ ਜਿਹੜੀ ਆਪਣੇ ਆਉਂਦੇ ਜਾਂਦੇ ਰਹਿੰਦੇ ਆ ਆਈ ਥਿੰਕ ਦਿਸ ਵੁੱਡ ਪ੍ਰੋਬਬਲੀ ਬੇਨਫੀਸ਼ੀਅਲ ਟੂ ਦਮ। ਸੋ ਉਹਦੇ ਬਾਰੇ ਥੋੜੀ ਜਿਹਾ ਸਾਨੂੰ ਇਨਫੋਰਮੇਸ਼ਨ। ਸੋ ਤਵੀ ਮੈਂ ਕੰਮ ਕਰਦਾ ਫੋਰਨ ਐਕਸਚੇਂਜ ਵਿਚ ਗਲੋਬਲ ਮਾਰਕੀਟਸ ਮੀਡੀ ਸਪੈਸ਼ਲਟੀ ਹੈ ਕਿ ਜਿਹੜੇ ਜਿਹਦਾ ਰਿਟੇਲ ਕੰਜ਼ਿਊਮਰ ਚੀਕ ਉਹਨਾਂ ਦੀ ਜਿੱਦਾਂ ਸਾਡੇ ਵਰਗੇ ਆਮ ਲੋਕ ਜਿਹੜੇ ਆਮ ਲੋਕਾਂ ਨੂੰ ਜੇ ਸਾਡੇ 1100 ব্রাঞ্চ ਇਸ ਦੇ ਵਿੱਚ ਜਿਹੜੇ ਉਹਦੇ ਆ ਤਾਂ ਵੀ ਜਿਹੜੇ ਫੌਨਿਕਸ ਚੇਂਜ ਅਸੀਂ ਕਰਦੇ ਹੈਗੇ ਆ ਫਿਰ ਤੁਸੀਂ ਆਈਐਨਆਰ ਕੈਸ਼ ਲੈਣੀ ਆ ਹਾਂਜੀ ਉਹ ਵੀ ਤੁਸੀਂ ব্রাঞ্চ ਵਿੱਚ ਜਾ ਕੇ ਤੁਸੀਂ ਆਰਡਰ ਕਰ ਸਕਦੇ ਆ ਜਾਂ ਤੁਸੀਂ ਆਨਲਾਈਨ ਵੀ ਤੁਸੀਂ ਆਪ ਹੀ ਆਰਡਰ ਕਰਕੇ ਸੋ ਜੇ ਮੇਰੇ ਪਈ ਖਰੀਦਣੀਆਂ ਹਾਂ ਯੂ ਗਾਇਸ ਹੈਵ ਐਕਸੈਸ ਟੂ ਦੈਟ ਯੈਸ ਉਹ ਵਾਹ ਤਾਂ ਵੀ ਜਿਹੜੀ ਇਟਸ ਆ ਦੇ ਕੋ 75 ਕਰੰਸੀ ਤੋਂ ਜ਼ਿਆਦਾ ਸਾਡੇ ਕੋਲ ਹੈਗੀ ਹੈ ਕੈਸ਼ ਤਾਂ ਜਿਹਦੀ ਮਰਜ਼ੀ ਤੁਸੀਂ ਲੈ ਸਕਦੇ ਹੋ ਉਹ ਵੀ ਵਾਂਸ ਕੇ ਕੰਪੀਟੀਟਿਵ ਰੇਟ ਹੈਗਾ ਕੋਈ ਫੀ ਨਹੀਂ ਹੈਗੀ ਆ ਅਸੀਂ ਜੇ ਤੁਸੀਂ ਆਰਡਰ ਕਰੋ ਜੇ ਘਰੋਂ ਜੋ ਤੁਸੀਂ ICICI BC ਕਸਟਮਰ ਆ ਹੈਗਾ ਤੁਸੀਂ ਆਨਲਾਈਨ ਜਾ ਕੇ ਆਰਡਰ ਕਰ ਸਕਦੇ ਆ ਜਾਂ ਤੁਸੀਂ ਬ੍ਰਾਂਚ ਦੇ ਵਿੱਚ ਪਿਕਅਪ ਕਰ ਸਕਦੇ ਆ ਜਾਂ ਤੁਹਾਡੇ ਘਰ ਨੂੰ ਅਸੀਂ ਡਿਲੀਵਰ ਕਰਦੇ ਆ ਅੱਛਾ ਤੁਸੀਂ ਘਰ ਵੀ ਡਿਲੀਵਰ ਕਰਦੇ ਆ ਘਰ ਵੀ ਡਿਲੀਵਰ ਕਰਦੇ ਆ ਜ਼ੀਰੋ ਫੀ ਨਾ ਕੋਈ ਕੋਈ ਸ਼ਿਪਿੰਗ ਫੀ ਆਈ ਥਿੰਕ ਇਹ ਤਾਂ ਮੈਂ ਪਹਿਲੀ ਵਾਰੀ ਸੁਣੀ ਆ ਵੀ ਘਰ ਇੱਕ ਟਾਸੇ ਡਿਲੀਵਰ ਹੁੰਦੇ ਆ ਸੋ ਦੈਟਸ ਗ੍ਰੇਟ ਓਕੇ ਸੋ ਅਗੇਨ ਨੋ ਫੀਸ ਦੇ ਆ ਕੰਪੈਟਿਟਿਵ ਐਕਸਚੇਂਜ ਰੇਟ ਓਕੇ ਨਾਲੇ ਸੀ ਬਾਕੀ ਵੀ ਜਿਹੜੇ ਫੋਰਨ ਐਕਸਚੇਂਜ ਜੇ ਤੁਸੀਂ ਸਾਡੇ ICICI ਬ੍ਰਾਂਚ ਦੇ ਵਿੱਚ ਆਓ ਜੇ ਤੁਹਾਡੇ ਫਰਕਾ ਤੁਸੀਂ ਜਿਆਦੇ ਪੈਸੇ ਕਲਨੇ ਹੋਵੇ ਆ ਜਾਂ ਤੁਹਾਨੂੰ ਹੋਰ ਕੋਈ ਚਾਹੀਦੀ ਹੈ ਜੇ ਤੁਸੀਂ ਸਾਡੇ ਬ੍ਰਾਂਚ ਤੇ ਵਿੱਚ ਆਉਣਾ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਡੈਫੀਨਿਟਲੀ ਤੁਹਾਡੀ ਹੈਲਪ ਕਰ ਸਕਦੇ ਹਾਂ ਸਾਡੇ ਕੋਲ ਬਹੁਤ ਬਹੁਤ ਡਿਫਰੈਂਟ ਟਾਈਪ ਆਫ ਪ੍ਰੋਡਕਟ ਹੈਗੇ ਜਾਂਚ ਦਾ ਡਰਾਫਟ ਤੋਂ ਕੈਸ਼ ਤੇ ਡਿਫਰੈਂਟ ਚੀਜ਼ਾਂ ਜਿੱਦੀ ਵੀ ਤੁਹਾਨੂੰ ਚਾਹੀਦੀ ਹੈ ਉਹ ਸੀ ਤੁਹਾਡੀ ਹੈਲਪ ਕਰ ਸਕਦੇ ਹਾਂ ਦੇ ਆਲਸ ਕੇ ਕੰਪੀਟੀਟਿਵ ਰੇਟ ਜੇ ਤੁਹਾਡੇ ਕੋ ਤੁਹਾਨੂੰ ਜੇ ਜੇ ਫਰਜ ਦਾ ਤੁਹਾਡੇ ਕੋ ਬੈਟਰ ਰੇਟ ਮਿਲਦਾ ਉਹ ਵੀ ਅਸੀਂ ਦੇਖ ਸਕਦੇ ਕਿ ਕਿੰਨਾ ਤੁਹਾਡੀ ਅਸੀਂ ਸਪੋਰਟ ਕਰ ਸਕਦੇ ਆ ਕਿ ਮੈਚ ਕਰ ਮੈਚ ਕਰ ਸਕਦੇ ਆ ਸੋ ਦੈਟਸ ਗ੍ਰੇਟ ਬਿਕਾਉਜ਼ ਆਈ ਥਿੰਕ ਕਿ ਲੋਕ ਯਾਨੀ ਦਾਰਜਾਂਦੇ ਵੀ ਜਿਹੜੀ ਵੱਡੀ ਕੰਪਨੀਆਂਸ ਐ ਨੈਸ਼ਨਲ ਕੰਪਨੀਆਂਸ ਐ ਵੀ ਉੱਥੇ ਫੀਸ ਜ਼ਿਆਦੇ ਹੋਣਗੇ ਪਰ ਤੁਹਾਡੇ ਫਰੀ ਮੱਚ ਐਨੋ ਫੀਸ ਈਵਨ ਫॉर ਤੁਹਾਡੀ ਜਿਹੜੀ ਰੈਗੂਲਰ ਬੈਂਕਿੰਗ ਡੇ ਟੂ ਡੇ ਆ ਨਾ ਨਹੀਂ ਉਹ ਜਿੱਦਾਂ ਜਿਹੜੇ ਬੈਂਕਿੰਗ ਪ੍ਰੋਡਕਟਸ ਐ ਉਹ ਡਿਫਰੈਂਟ ਡਿਪੈਂਡ ਡਿਪੈਂਡ ਹਗਾ ਜਿੱਦਾਂ ਦਾ ਅਕਾਊਂਟ ਹਗਾ ਉਹ ਡਿਫਰੈਂਟ ਵੇ ਵੇ ਹੋਗਾ ਹਾਂਜੀ ਤਾਂ ਕਿ ਅੰਦਰ ਕ Right. Yeah. And um, to see also precious uh, gold, uh, metals. medals, yeah. then all to see coffee um, yes. which experience yeah. e that a e gold coins, ha. So either so uh, project hai, te, You know what your specialties are? Yeah, did uh, break to si si e coin si coins? Yeah. ਅਸੀਂ ਦੇਖੋ ਕਿੰਨੇ ਬਿਊਟੀਫੁਲ ਆ ਗਏ ਅਸੀਂ ਮਨੁਮਤਾ ਐਸਿਕਲੀ ਬੈਂਕ ਖਾਗੇ ਆ ਜਿਹਨੇ ਆ ਬਣਾਏ ਹੈਗੇ ਕੋਇਨ ਅਸੀਂ ਆ ਬਾਕੀ ਆ ਕੋਇਨ ਤੋਂ ਜ਼ਿਆਦਾ ਵੀ ਅਸੀਂ ਕਰਦੇ ਆ ਜਿਹੜਾ ਸੋਨਾ ਜਾਂ ਸਿਲਵਰ ਜਾਂ ਕੋਇਨਸ ਜਾਂ 바ਰਸ ਤੁਸੀਂ CIBIC ਤੋਂ ਖਰੀਦ ਸਕਦੇ ਹੋ ওকে ਅਚਾ ਸੋ ਤੁਸੀਂ ਐਕਚੁਅਲੀ ਵੇਚਦੇ ਆ ਹਾਂਜੀ ਸੋ ਯੂ ਕੈਨ ਗੈਟ ਗੋਲਡ ਯੈਪ ਸਿਲਵਰ ਐਟ ਦਿਸ ਬ੍ਰਾਂਚ CIBIC ਬ੍ਰਾਂਚ ਟੂ ਬਿਟ ਜਾਓ ਹਾਂਜੀ ਉੱਥੇ ਤੁਸੀਂ ਆਰਡਰ ਕਰ ਸਕਦੇ ਜਿਹੜੀ ਜਿੰਨਾ ਤੁਹਾਨੂੰ ਸੋਨਾ ਚਾਹੀਦਾ ਜਾਂ ਸਿਲਵਰ ਚਾਹੀਦਾ ਤੁਸੀਂ ਆਰਡਰ ਕਰ ਸਕਦੇ ਆ ਉਹ ਵੀ ਜਿੱਦਾਂ ਜਿੱਦਾ ਹਫਤੇ ਦੇ ਵਿੱਚ-ਵਿੱਚ ਤੁਹਾਨੂੰ ਉਹ ਬ੍ਰਾਂਚ ਦੇ ਵਿੱਚ ਮਿਲ ਜਾਂਦੇ ਆ ਕਦੇ-ਕਦੇ ਜਿੱਦਾ 2 ਦਿਨਾਂ ਦੇ ਵਿੱਚ ਵੀ ਮਿਲ ਸਕਦੇ ਆ ਪਰ ਜਨਰਲੀ 5 ਬਿਜ਼ਨਸ ਦੇ ਦੇ ਵਿੱਚ-ਵਿੱਚ ਤੁਹਾਨੂੰ ਜਿਹੜੀ ਚੀਜ਼ ਤੁਸੀਂ 14 ਦੇ ਉੱਤੇ ਆ ਸਕਦੀ ਆ ਗ੍ਰੇਟ ਐਂਡ ਉਹ ਦਨ ਆਮ ਕੋਈ ਯੂ ਨੋ ਗਾਰੰਟੀ ਵੀ ਮਿਲਦੀ ਆ ਵੀ ਇਸ ਸੋਨਾ ਆਬਵੀਅਸਲੀ ਇਸ ਪਿਅਰ ਬਿਕਾਜ਼ ਯੂ ਨੋ ਅਗੇਨ ਨਾ ਨਾਕਿੰਗ ਐਨੀ ਜੁਅਲਰਸ অর ਨਾਥਿੰਗ ਬਾਈਕਿ ਵਰੀ ਹਣਾ ਆਪਨੂੰ ਹੁੰਦਾ ਆ ਕਿ ਪਿਅਰ ਹੁੰਦਾ ਆ ਵੀ ਕੋਈ ਇਸ ਚ ਮਿਲਾਵਟ ਨਹੀਂ ਕੋਈ ਯੂ ਨੋ ਕੋਈ ਚੀਜ਼ ਨਹੀਂ ਸੋ ਇਹਦੇ ਪਿੱਛੇ ਆ ਯੂ ਗਾਈਜ਼ ਇਟਸ ਯੂਵ ਗਾਟ ਸਰਟੀਫੀਕੇਟ ਵੀ ਨਾਲ ਦਨ ਦੇ ਸਾਡਾ ਹੈ ਕਿ ਤੁਸੀਂ CIBC ਤੋਂ ਜਿਹੜੀ ਅਸੀਂ ਗੋਲd ਵੇਚਦੇ ਆ ਉਹ 99.99% ਪਿਓਰ ਹੁੰਦੀ ਆ ਸਹੀ ਉਹ ਨੂੰ ਕੰਦੇ ਫੋਰ ਨਾਈਟ ਇਸ a very pure ਹੈਗੀ ਆ ਕਰਕੇ ਤੁਸੀਂ CIBC ਤੋਂ ਖਰੀਦਣੀ ਆ ਸਾਡੀ ਗਾਰੰਟੀ ਹੁੰਦੀ ਕਿ ਇਹ ਪਿਓਰ ਹੈਗੀ ਆ ਸਾਨੂੰ ਪਤਾ ਹੈ ਕਿ ਤੁਸੀਂ ਉਹ ਮੁਰਕੀ ਵੀ ਸਾਨੂੰ ਬੇਚਦੇ ਅਸੀਂ ਅਜੀ ਮੁਰਕੀ ਵੀ ਖਰੀਦਦੇ ਰਹੇ ਹਾਂ ਤੇ ਤਵੇ ਇਦਾਂ ਨਹੀਂ ਹੈ ਕਿ ਅਸੀਂ ਅਸੀਂ ਜਿਹੜਾ ਬੈਡ ਸਟਾਫ ਨਹੀਂ ਕਿਸੇ ਨੂੰ ਕਦੇ ਕਦੇ ਦਿੰਦਾ ਅਸੀਂ ਹੈ ਕਿ ਬੈਂਕ ਅਮ ਸਾਡਾ ਰੈਪਿਊਟੇਸ਼ਨ ਹੈਗਾ ਤੇ ਜਿਹੜੀ ਜਿਹੜੀ 골ਡ ਸੀ ਵਿੱਚ ਨਹੀਂ ਹੈਗੀ ਉਹ ਪਿਓਰ ਹੈਗਾ ਸਾਨੂੰ ਪਤਾ ਕਿ ਹੁਣ ਸਾਡੇ ਜਿੰਨਾ ਆਪਣੇ ਕਮਿਊਨਿਟੀ ਨੂੰ ਪਤਾ ਲੱਗੀ ਜਾਂਦਾ ਹੁਣ ਸਾਡੇ ਆਉਦੇ ਹੈਗੇ ਸਾਡੇ ਕੋਲ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਕੰਫੀਡੈਂਸ ਹੈਗਾ ਕਿ ਕਦੇ ਕਦੇ ਵਿਆਹ ਹੁੰਦਾ ਨਿਆਣਿਆਂ ਦਾ ਜਾਂ ਉਹਨਾਂ ਨੂੰ ਸੋਨਾ ਮੈਨੀ ਡਿਫਰੈਂਟ ਚੀਜ਼ਾਂ ਨੇ ਇਸ ਦਾ ਜਿੱਦਾਂ ਨਿਆਣਾ ਜਾਂ ਨਿਆਣਾ ਹੁੰਦਾ ਹੁਣ ਤਾਂ ਕੋਈ ਸੈਲੀਬ੍ਰੇਸ਼ਨ ਦੇ ਹੁਣ ਆਪਣੇ ਜਿੱਦਾਂ ਇੱਥੇ ਕੈਨੇਡਾ ਗਵਰਨਮੈਂਟ 골ਡ ਮੇਪਲ ਲੀਫ ਇਸ਼ੂ ਕਰਦੇ ਹੈਗੇ ਜੀ ਉਹ ਉਹ ਲਾ ਰਹੇ ਨੇ ਕਿ 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 ਤੁਹਾਡੀ ਗਵਰਨਮੈਂਟ ਸਟੈਂਪ ਹੈਗੀ ਨਾਲੇ ਤੁਸੀਂ ਸੀਆਈਬੀ ਤੋਂ ਸੀਟੂ ਵੀ ਖਰੀਦਦੇ ਆਗੇ ਆਈ ਥਿੰਕ ਅ ਲੋਟ ਆਫ ਪੀਪਲ ਮੋਰ ਲਾਭ ਦੇ ਰਹੇ ਵੀ ਮੋਰ ਉੱਤੇ ਲੱਗਣੀ ਹੋਣੀ ਚਾਹੀਦੀ ਹੈ ਹਾਂਜੀ ਉਹ ਤਾਂ ਬੜੀਆ ਮੋਰ ਤੁਸੀਂ ਮੈਨ ਮਿਲ ਨਹੀਂ ਸਕਤੇ ਨਾਲੇ ਤੁਸੀਂ ਕੈਨੇਡੀਅਨ ਜਿਹੜਾ ਇੱਕ ਸੀਆਈਬੀ ਸੀ ਹੈਗਾ thedean imperials bank of commerce ਅਸੀਂ ਸਾਡੇ ਅਸੀਂ ਹੁਣ ਸਾਡੇ ਨੂੰ ਚਾਰ ਪੰਜ ਸਾਲ ਹੋ ਗਏ ਕਿ ਅਸੀਂ ਜਿਹੜਾ ਬਲੂਮਬਰਗ ਹੈ ਕਹਿੰਦੇ ਇਹ ਸਭ ਤੋਂ ਤਕੜੀ ਬੈਂਕ ਹੈਗੀ ਨੌਰਥ ਅਮਰੀਕਾ ਦੇ ਵਿੱਚ ਤਾਂ ਇਹ ਸਾਡਾ ਇਹ ਵੀ ਗਾਰੰਟੀ ਸਾਡਾ ਰੈਪਿਟੇਸ਼ਨ ਹੈਗਾ ਸਾਡਾ ਗਾਰੰਟੀ ਹੈਗੀ ਕਿ ਜਿਹੜੀ ਸੋਨਾ ਅਸੀਂ ਵੇਚਣਾ ਹੈਗਾ ਉਹ ਬਿਓਰ ਹੋਣਾ ਰਾਈਟ ਸੋ ਇਹ ਇੱਕ ਵਧੀਆ ਕਿਸਮ ਦਾ ਇਨਵੈਸਟਮੈਂਟ ਵੀ ਹੈ ਰਾਈਟ ਹਾਂਜੀ ਤੁਸੀਂ ਇਨਵੈਸਟਮੈਂਟ ਲੈ ਵੀ ਖਰੀਦ ਸਕਦੇ ਹੋ ਉਹ ਦਾ ਇਨਵੈਸਟਮੈਂਟ ਦੇ ਕਦੇਗਾ ਆਪ ਜਾਂ ਡਾਊਨ ਵੀ ਹੋ ਸਕਦਾ ਤਾਂ ਵੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਰਿਸਕ ਹੁੰਦਾ ਥੋੜਾ ਬਹੁਤ ਉਦਾਂ ਜਿੱਦਾਂ ਆਪਣੀ ਕਮਿਊਨਿਟੀ 골ਡ ਹੈਗਾ ਇਨਵੈਸਟਮੈਂਟ ਕੱਲੇ ਨਹੀਂ ਹੁੰਦਾ ਉਹ ਇਹ ਵੀ ਹੁੰਦਾ ਕਿ ਜਿੱਦਾਂ ਸਪੈਸ਼ਲ ਓਕੇਜਨਸ ਲੈ ਵੀ ਹੁੰਦਾ ਤਾਂ ਵੀ ਸਾਡੇ ਜਿਹੜੀ ਪ੍ਰੋਡਕਟ ਅਸੀਂ ਬੇਚਦੇ ਹੈਗੇ ਆ ਕਈ ਹੈ ਕਿ ਜਿੱਦਾਂ ਐਚਓ ਸੋਨਾ ਤੁਸੀਂ ਫਿਜ਼ੀਕਲ ਲੈ ਸਕਦੇ ਆ ਜਾਂ ਤੁਸੀਂ ਜੇ ਤੁਸੀਂ ਇਨਵੈਸਟਮੈਂਟ ਲੈਣਾ ਤੁਸੀਂ ਸਰਟੀਫିକੇਟ ਪੀਲਾ ਸਕਤੇ ਇਲੈਕਟ੍ਰੋਨਿਕਸ ਉਹ ਮੈਨੂੰ ਦੱਸਿਆ ਥੋੜਾ ਜਿਹਾ ਉਹ ਹੈਗਾ ਕਿ ਤੁਸੀਂ ਤੁਸੀਂ ਦੇਖ ਲੈ ਕੇ ਮੈਨੂੰ ਇਨਾ ਸੋਨਾ ਚਾਹੀਦਾ ਮੈਂ ਪੈਸੇ ਰੱਖ ਦਿੱਤੇ ਕਿ ਗੋਲ ਸੋਨੇ ਲੈ ਅਸੀਂ ਤੁਹਾਨੂੰ ਸਰਟੀਫିକੇਟ ਦੇ ਦਤਨੀ ਹੈ ਇਲੈਕਟ੍ਰੋਨਿਕ ਤਾਂ ਉਹ ਜਿੱਦਾਂ ਆਪੋ ਡਾਊਨ ਪ੍ਰਾਈਸ ਜਾਂਦੀ ਆ ਜਨੂਲੀ ਆਪ ਜਾਂਦੀ ਹੁੰਦੀ ਹੈ ਉਹ ਤੱਕ ਇਹ ਡਾਊਨ ਹੁੰਦੀ ਫਿਰ ਜਦੋਂ ਤੁਹਾਡੀ ਮਰਜ਼ੀ ਹੈਗੀ ਜਿੱਦਾਂ ਤੁਹਾਨੂੰ ਚੰਗਾ ਲੱਗਾ ਤੁਸੀਂ ਵੇਚ ਸਕਤੇ ਹੈ ਸਰਟੀਫିକੇਟ ਉਹ ਤੁਹਾਨੂੰ ਐਕਚੁਅਲੀ ਸੋ ਫਿਜ਼ੀਕਲੀ ਤੁਹਾਡੇ ਕੋਲ ਨਹੀਂ ਹੁੰਦਾ ਬਸ ਸਰਟੀਫିକੇਟ ਹੁੰਦਾ ਹੈ ਅਸੀਂ ਅਸੀਂ ਪਿੱਛੇ ਸਾਡੇ ਕੋਲ ਹੁੰਦੀ ਆ ਓਕੇ ਠੀਕ ਆ Oh, that's Anji. great yeah. so um that's good to know ki tanu jeweler di jaan di lor ni sara kuch hai cibc to india Anji. bhi paise pe just sona vi khreed sakde ha that's great to know and, and hore koi um jewery products and services cibc de kol hai ki jede apni community nu tade khayal ch fayda ohna da hove je ohde bare tusi thode lai yes or jida sade kol jida mortgages hai ge je sadan pata sare mortgages ਸਾਡੇ ਹੁੰਦੇ ਕਿ ਜਿਹੜੀ ਕਮਿਊਨਿਟੀ ਆਉਦੀ ਇੱਥੇ ਹੈਗੀ ਆ ਉਹ ਪਹਿਲਾਂ ਦੋ ਚੀਜ਼ਾਂ ਕਰਦੇ ਹੁੰਦੇ ਪਹਿਲਾਂ ਹੁੰਦਾ ਕਿ ਅਸੀਂ ਪੈਸੇ ਕੱਢਨੇ ਆ ਇੰਡੀਆ ਨੂੰ ਦੂਜੀ ਦੀ ਜੀ ਆਪਣਾ ਘਰ ਖਰੀਦਣਾ ਹੈ ਜਿਹੜਾ ਘਰ ਖਰੀਦਣਾ ਹੈ ਕਿ ਸੀਆਬੀਸੀ ਕੋਲ ਜਿੱਦਾ ਮੌਕੇ ਜਿਹਾ ਹੈ ਕਾਫੀ ਤਰ੍ਹਾਂ ਦੇ ਹੁੰਦੇ ਆ ਤਾਂ ਵੀ ਜਿਹਦਾ ਤੁਹਾਡਾ ਸਿਚੁਏਸ਼ਨ ਹੈਗਾ ਉਸ ਆਧਾਰ 'ਤੇ ਤੁਹਾਨੂੰ ਅਸੀਂ ਥੋੜੀ ਸਪੋਰਟ ਕਰ ਸਕਦੇ ਆ ਗ੍ਰੇਟ ਦੇ ਆਮ ਕਾਫੀ ਪੰਜਾਬੀ ਸਪੀਕਿੰਗ ਸਟਾਫ ਉਹ ਵੀ ਤੁਹਾਡੇ ਬ੍ਰਾਂਚਸ ਹੁੰਦੀ ਆ ਹਾਂਜੀ ਜਿਹਦਾ ਫਰਜ਼ ਕਾ ਸਰੀ ਦੇ ਵਿੱਚ ਸਾਰੇ ਸਾਰੇ ਬ੍ਰਾਂਚਾਂ ਦੇ ਵਿੱਚ ਪੰਜਾਬੀ ਸਪੀਕਿੰਗ ਹੈਗੇ ਆ ਜਿਆਦੇ ਸਾਰੇ ਉਹ ਰਹਿੰਦੇ ਵੀ ਸਰੀ ਦੇ ਵਿੱਚ ਹੈਗੇ ਆ ਹਾਂ ਤਾਂ ਵੀ ਤਾਂ ਵੀ ਤੁਸੀਂ ਜਾਸਤੇ ਜਿੱਥੇ ਤੁਹਾਡੀ ਇੰਨਾ ਤੁਸੀਂ ਇੰਗਲਿਸ਼ ਨਹੀਂ ਬੋਲਦੇ ਆ ਡੈਫੀਨਿਟਲੀ ਅਸੀਂ ਤੁਹਾਡੀ ਸਪੋਰਟ ਕਰ ਸਕਦੇ ਪੰਜਾਬੀ ਦੇ ਵਿੱਚ ਸੋ ਅੱਜ ਹੋਰ ਜਾਣਕਾਰੀ ਵਾਸਤੇ ਆਮ ਤੁਹਾਨੂੰ ਜਿਹੜੀ ਸਾਡੇ ਦਰਸ਼ਕ ਦੇਖਦੇ ਆ ਅੱਜ ਸ਼ਾਮ ਨੂੰ ਦਸਮੇਸ਼ ਦਰਬਾਰ ਗੁਰਦੁਆਰੇ ਆ ਤੁਸੀਂ ਕਿਨੇ ਵਜੇ ਉੱਥੇ ਪਹੁੰਚਣਾ ਕਿੰਨੇ ਵਜੇ ਤਾਈਂ ਉੱਥੇ ਹੋਣਾ ਹੈ 4 ਤੋਂ 9 ਵਜੇ ਤੱਕ ਹੋਣਾ ਓਕੇ ਉੱਥੇ ਸਾਡਾ ਟੈਂਟ ਹੈਗਾ ਐਸੀ ਸਵੀਟਾ ਹੈਗੀਆਂ ਕਈ ਚੀਜ਼ਾਂ ਹੈਗੀਆਂ ਸਵੀਟਾ ਵੀ ਜ਼ਰੂਰੀ ਹੁੰਦੀਆਂ ਹਨ ਕਿ ਇਹ ਵਿਸਾਖੀ ਤੇ ਬਿਲਕੁਲ ਓਕੇ ਬਾਕੀ ਅਸੀਂ ਉੱਥੇ ਡਰਾਅ ਕਰਨਾ ਹੈਗਾ ਓਕੇ ਆ ਅ 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 ਕੋਈ ਜੇ ਕਿਸੇ ਨੇ ਅਮ ਜਾਣਕਾਰੀ ਫਰਦਰ ਲੈਣੀ ਹੋਵੇ ਤਾਂ ਕੀ ਵੈਬਸਾਈਟ ਕੀ ਆ ਯੇ ਸਾਡੀ ਵੈਬਸਾਈਟ ਹੈਗੀ cibc.com ਕਉ ਜੀ ਉੱਥੇ ਜਾ ਸਕਦੇ ਹੋ ਉੱਥੇ ਕਾਫੀ ਇਨਫਰਮੇਸ਼ਨ ਹੈਗੀ ਆ ਜੇ ਉਦਾ ਤੁਸੀਂ ਬ੍ਰਾਂਚ ਦੇ ਵਿੱਚ ਜਾ ਕੇ ਤੁਸੀਂ ਗੱਲ ਵੀ ਕਰ ਸਕਦੇ ਜੇ ਤੇ ਮਾਰਚ ਨਾ ਹੋਵੇ ਓਕੇ ਓਕੇ ਸੋ ਇਟ ਡਿਜ਼ਨਟ ਹੈਵ ਟੂ ਨੈਸਸੈਸਰਲੀ ਬੀ ਵਨ ਬ੍ਰਾਂਚ ਗ੍ਰੇਟ ਤੇ ਉੱਥੇ ਵੀ ਟੈਲੀਫੋਨ ਇਨਫਰਮੇਸ਼ਨ ਸਾਡੀ ਤੇ ਬੈਂਕ ਲੋਕੇਸ਼ਨਸ ਵੈਬਸਾਈਟ ਤੇ ਫਾਈਂਡ ਹੋ ਜਾਂਦੀ ਹੈ ਸਾਰਾ ਕੁਝ ਹੈਗਾ ਹਾਂਜੀ ਓਕੇ ਗ੍ਰੇਟ ਅਮ ਤੁਹਾਨੂੰ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਐਂਡ ਆਈ ਥਿੰਕ ਅਮ ਯੂ ਆਲਸੋ ਅਮ ਯੂ ਨੋ ਆਰ Due for recognition, Thank <laughs> <laughs> you. Uh, on there, it's beautiful. Uh, thank you very much, and we look forward to your future projects and working together. Anji. So Sadevalo, sari staff walo, happy Visakhi to you at CIBC, and apam and kalu. Anji. and the uh, CIBC the and the uh, day 128 and 78 And coins definitely. is a good investment to get into te apa vi mel deya sham nu dismesh darbar channel punjabi di puri team utthe pahunchegi and kal nu again tanu asi remind kar diye ke sadi live coverage se nu 8 baje shuru hogi te 5 baje takreeban tak live chalogi tade vasse so apa mel deya sham nu te kal nu saki valo te cam valo pyar bari sadkar bari satrika satrika Terima kasih telah menonton!